ਸਾਡੀ ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਨਵੀਆਂ ਜੋੜੀਆਂ ਬਣਦੀਆਂ ਨੇ, ਨਵੀਆਂ ਕੋਲੈਬਰੇਸ਼ਨਸ ਹੁੰਦੀਆਂ ਨੇ, ਅਤੇ ਉੱਥੇ ਹੀ ਕਈ ਵਾਰ ਕੁਝ ਕਾਰਨਾਂ ਕਰਕੇ ਪੁਰਾਣੀਆਂ ਕੋਲੈਬਰੇਸ਼ਨਸ ਅਤੇ ਪੁਰਾਣੀਆਂ ਜੋੜੀਆਂ ਟੁੱਟ ਵੀ ਜਾਂਦੀਆਂ ਨੇ। ਜੀ ਹਾਂ, ਅੱਜ ਮੈਂ ਇੱਕ ਅਜਿਹੀ ਜੋੜੀ ਦੀ ਗੱਲ ਕਰਨ ਜਾ ਰਹੀ ਹਾਂ ਜੋ ਕਿ ਟੁੱਟਣ ਦੀ ਤਦਾਰ 'ਤੇ ਹੈ। ਜੀ ਹਾਂ, ਬ੍ਰਾਊਨ ਬੋਇਜ਼ ਫੋਰ ਐਵਰ, ਸਿੱਧੂ ਮੂਸੇਵਾਲਾ, ਬਿਗ ਬਟਰੋ, ਬਿਗ ਬੋਏ ਦੀਪ ਐਂਡ ਸਨੀ ਮਾਲਟਨ। ਜੀ ਹਾਂ, ਹਾਲ ਹੀ ਦੇ ਵਿੱਚ ਸਾਨੂੰ ਸੋਸ਼ਲ ਮੀਡੀਆ 'ਤੇ ਇਹ ਗੱਲ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਬਿਗ ਬਰਡ ਅਤੇ ਸਿੱਧੂ ਮੂਸੇਵਾਲਾ ਦੇ ਵਿਚਕਾਰ ਦਰਾਰ ਪੈ ਰਹੀ ਹੈ। ਜੀ ਹਾਂ, ਬਿਗ ਬਰਡ ਵੱਲੋਂ ਰੀਸੈਂਟਲੀ ਇੱਕ ਗਾਣੇ ਦਾ ਟੀਜ਼ਰ ਸਾਡੇ ਨਾਲ ਸ਼ੇਅਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਸਿੱਧੂ ਮੂਸੇਵਾਲਾ ਦਾ ਆਉਣ ਵਾਲਾ ਅਪਕਮਿੰਗ ਗੀਤ ਹੈ। ਅਤੇ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਓਫੀਸ਼ੀਅਲ ਇੰਸਟਾਗ੍ਰਾਮ ਗੋਲਡ ਮੀਡੀਆ ਵੱਲੋਂ ਇਸ ਗੱਲ ਨੂੰ ਨਕਾਰਦਿਆਂ ਹੋਇਆਂ ਕਿਹਾ ਗਿਆ ਕਿ ਮਾਈ ਬਲੌਕ ਬਾਏ ਸਿੱਧੂ ਮੂਸੇਵਾਲਾ ਇਜ਼ ਨੋਟ ਰਿਲੀਜ਼ਿੰਗ ਓਫੀਸ਼ੀਅਲੀ, ਵੀ ਹੈਵ ਨੋਟ ਗਿਵਨ ਐਨੀ ਪਰਮਿਸ਼ਨ ਟੂ ਰਿਲੀਜ਼ ਇਟ ਟੂ ਐਨੀ ਵਨ, ਸੋ ਇਫ ਐਨੀ ਵਨ ਪੋਸਟਿੰਗ ਐਨੀ ਰਿਊਮਰਸ ਔਰ ਲੀਕ ਐਨੀ ਸੌਂਗ ਆਫ ਸਿੱਧੂ ਮੂਸੇਵਾਲਾ, ਵੀ ਵਿਲ ਹੈਵ ਇਟ ਰਿਮੂਵ ਐਂਡ ਹੈਵ ਦੇਅਰ ਚੈਨਲਸ ਟਰਮੀਨੇਟਡ। ਪੀਸ, ਤੁਹਾਨੂੰ ਦੱਸ ਦੇਈਏ ਕਿ ਗੱਲ ਇੱਥੇ ਖਤਮ ਨਹੀਂ ਹੋਈ, ਬਲਕਿ ਗੋਲਡ ਮੀਡੀਆ ਦੀ ਇਸ ਪੋਸਟ ਦੇ ਕੈਪਸ਼ਨ ਵਿੱਚ ਬਿਗ ਬਰਡ ਵੱਲੋਂ ਲਿਖਿਆ ਗਿਆ ਐਗਰੀ ਬ੍ਰੋ। ਉੱਥੇ ਗੋਲਡ ਮੀਡੀਆ ਨੇ ਬਿਗ ਬਰਡ ਦੇ ਇਸ ਕਮੈਂਟ ਨੂੰ ਰਿਪਲਾਈ ਕੀਤਾ ਕਿ ਪੋਸਟ ਇਜ਼ ਫੋਰ ਯੂ ਬ੍ਰੋ। ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਬਿਗ ਬਰਡ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਲੀਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਇਸ ਗੱਲ ਦੇ ਜਵਾਬ ਵਿੱਚ ਬਿਗ ਬਰਡ ਨੇ ਆਪਣੀ ਇੰਸਟਾਗ੍ਰਾਮ ਹੈਂਡਲ 'ਤੇ ਰਿਪਲਾਈ ਕੀਤਾ। ਜੀ ਹਾਂ, ਉਹਨਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸਟੋਰੀ ਸਾਡੇ ਨਾਲ ਸ਼ੇਅਰ ਕੀਤੀ ਜਿੱਥੇ ਉਹਨਾਂ ਵੱਲੋਂ ਲਿਖਿਆ ਗਿਆ, ਦੇ ਲੀਕ ਲੈਕ ਸੌਂਗਸ ਆਫ ਆਰਸ ਐਂਡ ਵੀ ਡਿਡਨਟ ਸੇ ਨਥਿੰਗ ਬਿਕੋਜ਼ ਇਟ ਵਾਜ਼ ਆਲ ਸਿੱਧੂ ਐਂਡ ਹਿਸ ਬੋਇਜ਼ ਡੂਇੰਗ ਦਿਸ ਸ਼ਿਟ, ਵੀ ਲੀਕ ਵਨ ਟੀਜ਼ਰ ਐਂਡ ਦਿਸ ਮੈਨ ਇਜ਼ ਇਮੋਸ਼ਨਲ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਵੱਲੋਂ ਉਹਨਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਹੈਕ ਕੀਤਾ ਗਿਆ ਹੈ ਉਸ ਵੀਡੀਓ ਨੂੰ ਡਿਲੀਟ ਕਰਨ ਲਈ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਗੋਲਡ ਮੀਡੀਆ ਵੱਲੋਂ ਸਿੱਧੂ ਮੂਸੇਵਾਲਾ ਅਤੇ ਬਿਗ ਬਰਡ ਦੀ ਇੱਕ ਵੀਡੀਓ ਪੋਸਟ ਕੀਤੀ ਗਈ ਜਿੱਥੇ ਉਹਨਾਂ ਨੇ ਥੱਲੇ ਕੈਪਸ਼ਨ ਵਿੱਚ ਲਿਖਿਆ, ਨਿਕਲ ਗਏ ਆ ਭੁਲੇਖੇ ਹੁਣ, ਅਤੇ ਜਿਸ ਦੇ ਕਮੈਂਟ ਵਿੱਚ ਬਿਗ ਬਰਡ ਵੱਲੋਂ ਲਿਖਿਆ ਗਿਆ, ਬ੍ਰੋ ਆਈ ਥੋਟ ਵੀ ਵਾਸ ਫਰੈਂਡਸ, ਐਂਡ ਉਹਨਾਂ ਨੇ ਇੱਕ ਰੋਣ ਵਾਲੀ ਨਾਲ ਇਮੋਜੀ ਵੀ ਸ਼ੇਅਰ ਕੀਤੀ ਹੈ, ਜਿੱਥੋਂ ਪਤਾ ਲੱਗਦਾ ਹੈ ਕਿ ਬਿਗ ਬਰਡ ਅਤੇ ਸਿੱਧੂ ਮੂਸੇਵਾਲਾ ਹੁਣ ਫਰੈਂਡਸ ਨਹੀਂ ਰਹੇ। ਸਿਰਫ ਇੰਨਾ ਹੀ ਨਹੀਂ, ਬਲਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸ ਦੇਵਾਂ ਕਿ ਇਸ ਸਾਰੀ ਗੱਲਬਾਤ ਤੋਂ ਬਾਅਦ ਬਿਗ ਬਰਡ ਵੱਲੋਂ ਕਰਨ ਔਜਲਾ ਨੂੰ ਵੀ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜੀ ਹਾਂ, ਬਿਗ ਬਰਡ ਨੇ ਇੰਸਟਾਗ੍ਰਾਮ 'ਤੇ ਹੁਣ ਕਰਨ ਔਜਲਾ ਨੂੰ ਵੀ ਫੋਲੋ ਕਰ ਲਿਆ ਹੈ। ਕੀ ਆਪਾਂ ਇਹ ਗੈਸ ਕਰ ਸਕਦੇ ਹਾਂ ਕਿ ਹੁਣ ਬਿਗ ਬਰਡ ਕਰਨ ਔਜਲਾ ਦੀ ਟੀਮ ਵਿੱਚ ਸ਼ਿਫਟ ਹੋਣ ਵਾਲੇ ਨੇ ਜਾਂ ਫਿਰ ਸਿੱਧੂ ਮੂਸੇਵਾਲਾ ਦੇ ਨਾਲ ਹੀ ਰਹਿਣਗੇ, ਅਤੇ ਹੁਣ ਸਾਨੂੰ ਥੋੜ੍ਹੇ ਹੋਰ ਸਮੇਂ ਤੋਂ ਬਾਅਦ ਪਤਾ ਲੱਗ ਹੀ ਜਾਵੇਗਾ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਇਹ ਦੋਸਤੀ ਇੱਦਾਂ ਹੀ ਕਾਇਮ ਰਹਿੰਦੀ ਹੈ ਜਾਂ ਫਿਰ ਜਿਹੜੀ ਇਹ ਦਰਾਰ ਇਸ ਦੋਸਤੀ ਵਿੱਚ ਪੈ ਚੁੱਕੀ ਹੈ, ਇਹ ਦਰਾਰ ਇਸ ਦੋਸਤੀ ਨੂੰ ਖਤਮ ਕਰ ਦਿੰਦੀ ਹੈ। ਬਾਲੀਵੁੱਡ ਐਂਡ ਬਾਲੀਵੁੱਡ ਰਿਲੇਟਡ ਹੋਰ ਨਵੀਆਂ ਜਿਹੀਆਂ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਗਬਰੂ.com, ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰੋਮ ਗਬਰੂ।